ਸਤਿ ਸ਼੍ਰੀ ਅਕਾਲ ਦੋਸਤੋ ਸਾਰਾ ਟੀਵੀ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਵੱਡੀ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਪ੍ਰਤਾਪ ਸਿੰਘ ਬਾਜਬਾ ਦੀ ਕੈਪਟਨ ਨੂੰ ਚੇਤਾਵਨੀ 45 ਦਿਨਾਂ ਦਾ ਦਿੱਤਾ ਟਾਈਮ ਕਾਂਗਰਸ ਦੇ ਰਾਸ਼ਟਰੀ ਮੈਂਬਰ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਬਾ ਨੇ ਤਤਕਾਲੀ ਮਸਲੇ ਤੇ ਬੋਲਦੇ ਹੋਏ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ 45 ਦਿਨਾਂ ਦਾ ਅਲਟੀਮੇਟ ਦਿੱਤਾ ਬਾਜਬਾ ਨੇ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਤੜੇਬੰਦੀ ਤੋਂ ਇਨਕਾਰ ਕਰਦੇ ਹੋਏ ਆਖਿਆ ਹੈ ਕਿ ਕਾਂਗਰਸ ਦੇ ਉਹੀ ਲੀਡਰ ਇਕੱਠੇ ਹੋਏ ਹਨ ਜਿਹੜੇ ਗੁਰੂ ਘਰ ਤੇ ਪੰਜਾਬ ਦੀ ਗੱਲ ਕਰਦੇ ਹਨ ਇੱਕ ਇੰਟਰਵਿਊ ਵਿੱਚ ਪ੍ਰਤਾਪ ਸਿੰਘ ਬਾਜਮਾਨ ਨੇ ਕਿਹਾ ਕਿ ਜੇਕਰ 45 ਦਿਨਾਂ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਕੋਈ ਫੈਸਲਾ ਨਹੀਂ ਲੈਂਦੇ ਹਨ ਤਾਂ ਠੀਕ ਹੈ ਜੇਕਰ ਉਹ ਕੋਈ ਫੈਸਲਾ ਨਹੀਂ ਲੈਂਦੇ ਤਾਂ ਉਹਨਾਂ ਦੀ ਲੜਾਈ ਆਜ਼ਾਦ ਅਤੇ ਖੁੱਲੇ ਤੌਰ ਤੇ ਲੜੀ ਜਾਵੇਗੀ ਬਾਜਮਾਨ ਨੇ ਕਿਹਾ ਕਿ ਚੋਣ ਵਾਦਿਆਂ ਵਿੱਚ 19 ਤੋਂ 21 ਹੋ ਸਕਦੀ ਹੈ ਪਰ ਗੁਰੂ ਘਰ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਨਾ ਹੀ ਪਵੇਗਾ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ 2017 ਦੀਆਂ ਚੋਣਾਂ ਦੌਰਾਨ ਹੱਥ 'ਚ ਗੁਟਕਾ ਸਾਈ ਫੜ ਕੇ ਸੌਂ ਖਾਦੀ ਸੀ ਕਿ ਬੇਅਦਬੀ ਦੇ ਦੋਸ਼ੀਆਂ ਅਤੇ ਨਸ਼ਾ ਸੌਦਾਗਰਾਂ ਨੂੰ ਬੇਪਰਦਾ ਕਰਕੇ ਅੰਦਰ ਕੀਤਾ ਜਾਵੇਗਾ। ਨਾ ਤਾਂ ਬੇਅਦਬੀ ਦੇ ਦੋਸ਼ੀਆਂ ਤੇ ਕਾਰਵਾਈ ਹੋਈ ਅਤੇ ਨਾ ਹੀ ਨਸ਼ੇ ਦੇ ਅਸਲ ਸੌਦਾਗਰ ਫੜੇ ਗਏ। ਉਹਨਾਂ ਕਿਹਾ ਕਿ 2.5 ਸਾਲ ਦਾ ਸਮਾਂ ਬੀਤ ਚੁੱਕਾ ਹੈ। ਪਰ ਇਹ ਦੋ ਵੱਡੇ ਵਾਅਦੇ ਹਜੇ ਤੱਕ ਪੂਰੇ ਨਹੀਂ ਹੋਏ ਉਹਨਾਂ ਕਿਹਾ ਕਿ ਲੋਕ ਲੋਕਾਂ ਦੀ ਕਚੈਰੀ ਵਿੱਚ ਜਾਣ ਲਈ ਇਹ ਪੰਜਾਬ ਦੀ ਕਾਂਗਰਸ ਮੰਤਰੀ ਐਮਪੀ ਅਤੇ ਵਿਧਾਇਕ ਇਕੱਠੇ ਹੋਏ ਹਨ ਬਾਜਵਾਣੀ ਕਿਹਾ ਕਿ ਉਹਨਾਂ ਦੀ ਹਾਈ ਕਮਾਂਡ ਨਾਲ ਗੱਲ ਇਸ ਸਾਰੇ ਮਸਲੇ ਤੇ ਹੋਈ ਆ ਉਹਨਾਂ ਕਿਹਾ ਕਿ ਹਾਈ ਕਮਾਂਡ ਵੀ ਹਾਈ ਕਾਂ ਹਾਈ ਕਮਾਂਡ ਨੂੰ ਚਾਹੀਦਾ ਹੈ ਕਿ ਪੰਜਾਬ ਕਾਂਗਰਸ ਦੇ ਸਾਰੇ ਆਗੂ ਨੂੰ ਇਕੱਠਾ ਕਰਕੇ ਗੱਲਬਾਤ ਕੀਤੀ ਜਾਵੇ ਅਤੇ ਉਹਨਾਂ ਦੀ رائے ਲੈਣ ਤੋਂ ਬਾਅਦ ਹੀ ਨਿਚੋੜ ਕੱਢਿਆ ਜਾਵੇ ਅਤੇ ਇਹ ਆਧਾਰ ਤੇ ਕੋਈ ਫੈਸਲਾ ਲਿਆ ਜਾਵੇ ਕਿ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਸਗੋਂ ਗਵਰਨਰ ਰਾਜ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਡੀਜੀਪੀ ਸੈਂਟਰ ਨੇ ਲਵਾਇਆ ਐਡਵੋਕੇਟ ਜਨਰਲ ਉਹਨਾਂ ਦੇ ਦੋਸਤ ਹਨ ਅਤੇ ਜੋ ਅੱਜ ਤੱਕ ਕੇਸ ਨਹੀਂ ਕੋਈ ਵੀ ਕੇਸ ਨਹੀਂ ਜਿੱਤੇ ਹਨ ਜਦ ਕਿ ਰਿਟਾਇਰ ਬਿਊਰੋਕ੍ਰੇਟ ਪੰਜਾਬ ਨੂੰ ਚਲਾ ਰਹੇ ਹੈ ਇੰਜ ਜਾਪਦਾ ਹੈ ਜਿਵੇਂ ਅਸਲ ਨੰਦਾ ਕਾਂਗਰਸ ਸਰਕਾਰ ਦਾ ਨਹੀਂ ਬਾਦਲਾ ਪੁੱਲ ਨੂੰ ਲਗਾਇਆ ਗਿਆ ਹੈ ਸੋ ਦੋਸਤੋ ਇਸ ਖਬਰ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਹੋਰ ਨਵੀਆਂ ਖਬਰਾਂ ਦੇ ਲਈ ਬਣੇ ਰਹੋ ਸਾਡਾ ਟੀਵੀ ਯੂਐਸਏ ਦੇ ਨਾਲ ਧੰਨਵਾਦ